ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਕੈਨੇਡਾ ਤੋਂ ਆਈ ਚੰਗੀ ਖਬਰ ਸਭ ਨੂੰ ਮਿਲਣਗੇ 952 ਕੈਨੇਡੀਅਨ ਡਾਲਰ ਤੁਸੀਂ ਵੀ ਚੈੱਕ ਕਰ ਸਕਦੇ ਹੋ ਆਪਣੀ ਯੋਗਤਾ ਕਿਵੇਂ ਤੁਸੀਂ ਆਪਣੀ ਐਲੀਜੀਬਿਲਟੀ ਚੈੱਕ ਕਰਨੀ ਹੈ ਕੀ ਨੇ ਪੇਮੈਂਟਸ ਡੇਟ ਇਸ ਵਾਰੀ ਗੱਲ ਕਰਨ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਨ੍ਹਾਂ ਦੀ ਵੀ ਐਲੀਜੀਬਿਲਟੀ ਇਸ ਸਕੀਮ ਵਾਸਤੇ ਬਣਦੀ ਹੈ ਉਹ ਇਸ ਸਕੀਮ ਦਾ ਪੂਰਾ ਲਾਭ ਲੈ ਸਕਣ ਤਾਂ ਦੋਸਤੋ ਆਓ ਲੈ ਕੇ ਚੱਲਦਾ ਹਾਂ ਪੂਰੀ ਖਬਰ ਵੱਲ ਤਾਂ ਦੋਸਤੋ ਕੈਨੇਡਾ ਦੀ ਗਵਰਨਮੈਂਟ ਨੇ ਇੱਕ ਚੰਗਾ ਸਟੈਪ ਲਿਆ ਹੈ ਉੱਥੇ ਦੇ ਸੀਨੀਅਰ ਸਿਟੀਜ਼ਨਸ ਵਾਸਤੇ ਉਹਨਾਂ ਨੂੰ 956 ਕੈਨੇਡੀਅਨ ਡਾਲਰ ਐਕਸਟਰਾ ਪ੍ਰੋਵਾਈਡ ਕਰ ਰਹੀ ਹੈ OS ਪੈਨਸ਼ਨ ਸਕੀਮ ਦੇ ਅਧੀਨ ਜਿਸ ਨਾਲ ਜੋ ਸੀਨੀਅਰ ਸਿਟੀਜ਼ਨ ਨੇ ਉੱਥੇ ਦੇ ਆਲਰੇਡੀ ਅਵੇਲ ਕਰ ਰਹੇ ਨੇ ਓਲਡ ਏਜ ਸੈਕਿਉਰਿਟੀ ਸਕੀਮ ਦਾ ਉਹ ਡਾਇਰੈਕਟਲੀ ਐਲੀਜੀਬਲ ਨਹੀਂ ਇਸ ਸਕੀਮ ਵਾਸਤੇ ਉਹਨਾਂ ਨੂੰ ਐਕਸਟਰਾ ਪੇਮੈਂਟ ਜੋ ਪ੍ਰਤੀ ਮਹੀਨਾ 956 ਕੈਨੇਡੀਅਨ ਡਾਲਰ ਉਹਨਾਂ ਦੇ ਬੈਂਕ ਅਕਾਊਂਟ ਵਿੱਚ ਇਸ ਸਾਲ ਮਿਲਣੀ ਸ਼ੁਰੂ ਹੋ ਜਾਵੇਗੀ ਤਾਂ ਤੁਹਾਨੂੰ ਦੱਸ ਦਈਏ ਐਲੀਜੀਬਿਲਟੀ ਕਿਵੇਂ ਚੈੱਕ ਕਰਨੀ ਹੈ ਤੁਸੀਂ ਇਸ ਸਕੀਮ ਦੀ ਐਡੀਸ਼ਨਲੀ ਜੋ ਪੇਮੈਂਟ ਮਿਲਣ ਵਾਲੀ ਹੈ ਸਾਰੇ ਹੀ ਬੈਨੇਫਿਸ਼ੀਰੀ ਜੋ ਇਸ ਵਾਸਤੇ ਐਲੀਜੀਬਲ ਨੇ ਰਿਸਿਵ ਕਰ ਸਕਦੇ ਨੇ ਐਡੀਸ਼ਨਲ ਅਮਾਉਂਟ 956 ਕੈਨੇਡੀਅਨ ਡਾਲਰ ਦੀ ਜੋ OAS ਪੈਨਸ਼ਨ ਸਕੀਮ ਹੈ ਇਸ ਦੌਰਾਨ ਆਉਣ ਵਾਲੇ ਦਿਨਾਂ ਵਿੱਚ ਪਰ ਸਾਨੂੰ ਇਸ ਦੇ ਆਫੀਸ਼ੀਅਲ ਨੋਟੀਫਿਕੇਸ਼ਨ ਨੂੰ ਚੈੱਕ ਕਰਨਾ ਹੋਵੇਗਾ ਅਤੇ ਤੁਹਾਨੂੰ ਆਪਣੀ ਐਲੀਜੀਬਿਲਟੀ ਚੈੱਕ ਕਰਨੀ ਹੋਵੇਗੀ ਇਸ ਸਕੀਮ ਦਾ ਲਾਭ ਲੈਣ ਲਈ ਤਾਂ ਤੁਹਾਨੂੰ ਦੱਸ ਦਈਏ ਜੋ ਐਪਲੀਕੈਂਟ ਹੈ ਉਹ ਕੈਨੇਡਾ ਦਾ ਸਿਟੀਜ਼ਨ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਐਪਲੀਕੈਂਟ ਕੈਨੇਡਾ ਦੇ ਵਿੱਚ ਘੱਟੋ ਘੱਟ 10 ਸਾਲ ਤੋਂ ਰਹਿ ਰਿਹਾ ਹੋਵੇ ਜਦੋਂ ਉਸ ਦੀ ਉਮਰ 18 ਸਾਲ ਹੋ ਗਈ ਹੋਵੇ ਤਾਂ ਇਸ ਤੋਂ ਇਲਾਵਾ ਕੋਈ ਵੀ ਇੰਡੀਵਿਜੂਅਲ ਇਸ ਲਈ ਅਪਲਾਈ ਕਰ ਸਕਦਾ ਹੈ ਜਿਸ ਦੀ ਉਮਰ 65 ਸਾਲ ਹੋ ਗਈ ਹੈ ਅਤੇ ਉਸ ਨੂੰ ਪੈਨਸ਼ਨ ਮਿਲਣ ਯੋਗ ਹੈ ਤਾਂ ਤੁਹਾਨੂੰ ਦੱਸ ਦਈਏ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਫੁੱਲ ਪੈਨਸ਼ਨ ਮਿਲੇ ਅਤੇ ਇਸ ਸਕੀਮ ਦਾ ਲਾਭ ਵੀ ਮਿਲੇ ਤਾਂ ਉਸ ਕੰਟਰੀ ਦੇ ਵਿੱਚ ਘੱਟੋ ਘੱਟ ਜੋ ਤੁਹਾਨੂੰ 40 ਸਾਲ ਰਹਿਣਾ ਜ਼ਰੂਰੀ ਹੈ ਜਾਂ ਫਿਰ ਤੁਸੀਂ 18 ਸਾਲ ਦੇ ਹੋਵੋ ਅਤੇ ਉਸ ਤੋਂ ਬਾਅਦ ਉਸ ਕੰਟਰੀ ਦੇ ਵਿੱਚ ਘੱਟੋ ਘੱਟ 10 ਸਾਲ ਤੋਂ ਰਹਿ ਰਹੇ ਹੋ ਤਾਂ ਤੁਸੀਂ 100% ਪੈਨਸ਼ਨ ਸਕੀਮ ਦਾ ਲਾਭ ਲੈ ਸਕਦੇ ਹੋ ਅਤੇ ਅਮਾਉਂਟ ਵਿਲ ਆਟੋਮੈਟਿਕਲੀ ਡਿਕਰੀਜ਼ ਅਕੋਰਡਿੰਗ ਟੂ ਦਾ ਨੰਬਰ ਆਫ ਲੈਸ ਈਅਰ ਜੇ ਤੁਸੀਂ ਇਸ ਤੋਂ ਘੱਟ ਐਲੀਜੀਬਿਲਟੀ ਪੂਰੀ ਕਰਦੇ ਹੋ ਤਾਂ ਤੁਹਾਡੀ ਪੈਨਸ਼ਨ ਦੇ ਵਿੱਚ ਜੋ ਘੱਟ ਅਮਾਉਂਟ ਹੀ ਐਡ ਕੀਤੀ ਜਾਵੇਗੀ ਪਰ ਜੇ ਤੁਸੀਂ ਫੁੱਲ ਐਲੀਜੀਬਿਲਟੀ ਕਰਦੇ ਹੋ ਤਾਂ 100% ਤੁਹਾਨੂੰ ਇਸ ਸਕੀਮ ਦਾ ਲਾਭ ਮਿਲੇਗਾ ਕੈਨੇਡਾ ਨੇ ਕਾਫੀ ਸਾਰੇ ਕੰਟਰੀਜ਼ ਦੇ ਨਾਲ ਸੋਸ਼ਲ ਸਿਕਿਉਰਿਟੀ ਐਗਰੀਮੈਂਟ ਸਾਈਨ ਕੀਤੇ ਨੇ ਅਤੇ ਇਸ ਤੋਂ ਇਲਾਵਾ ਜੇ ਤੁਸੀਂ ਉੱਥੇ ਰਹਿਣਾ ਜਾਂ ਫਿਰ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹੋ ਜਿਹੇ ਐਗਰੀਮੈਂਟ ਕਰਨੇ ਪੈਣਗੇ ਜੋ ਕਿ ਤੁਹਾਡੀ ਐਲੀਜੀਬਿਲਟੀ ਜੋ ਇਸ ਸਕੀਮ ਵਾਸਤੇ ਹੈ ਉਹਨਾਂ ਨੂੰ ਇਫੈਕਟ ਕਰ ਸਕਦੇ ਨੇ ਤੁਹਾਨੂੰ ਦੱਸਿਏ 956 ਜੋ ਕੈਨੇਡੀਅਨ ਡਾਲਰ ਪੈਨਸ਼ਨ ਪੇਮੈਂਟ ਦੇ ਤੌਰ ਤੇ ਸੀਨੀਅਰ ਸਿਟੀਜ਼ਨ ਨੂੰ ਮਿਲਣਗੇ ਤੇ ਗਵਰਨਮੈਂਟ ਆਫੀਸ਼ੀਅਲ ਇਸ ਬਾਰੇ ਵਿਚਾਰ ਕਰ ਰਹੇ ਨੇ ਕਿਉਂਕਿ ਉੱਥੇ ਦੀ ਜੋ ਮਹਿੰਗਾਈ ਵੱਧ ਰਹੀ ਹੈ ਕੰਟਰੀ ਦੇ ਵਿੱਚ ਜੋ ਲਿਵਿੰਗ ਕਾਸਟ ਹੈ ਲਾਈਫਸਟਾਈਲ ਦੇ ਹਿਸਾਬ ਨਾਲ ਉਹ ਕਾਫੀ ਉੱਪਰ ਜਾ ਚੁੱਕੀ ਹੈ ਜਿਸ ਕਰਕੇ ਉੱਥੇ ਰਹਿਣ ਵਾਲੇ ਸਟੂਡੈਂਟਸ ਅਤੇ ਜੋ ਕੰਮ ਕਰਨ ਲਈ ਵਰਕਰ ਜਾਂਦੇ ਨੇ ਉਹਨਾਂ ਨੂੰ ਥੋੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਰਿਹਾ ਹੈ ਇਸ ਲਈ ਸੀਨੀਅਰ ਸਿਟੀਜ਼ਨ ਨੂੰ ਇਸ ਸਕੀਮ ਦਾ ਲਾਭ ਦਿੱਤਾ ਜਾ ਰਿਹਾ ਹੈ ਤਾਂ ਕਿ ਉਹ ਆਪਣੀਆਂ ਮੈਡੀਕਲ ਫੈਸਿਲਿਟੀ ਫੂਡ ਅਰੇਂਜਮੈਂਟ ਹੋਮ ਰੈਂਟ ਆਦਿ ਜੋ ਹੈ ਉਹ ਸਮੇਂ ਸਿਰ ਉਪਰਾਲਾ ਕਰ ਸਕਣ ਤਾਂ ਜੋ ਉਹਨਾਂ ਨੂੰ ਡਿਫਿਕਲਟ ਸਿਚੁਏਸ਼ਨ ਨੇ ਉਹਨਾਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਇਸ ਤੋਂ ਇਲਾਵਾ ਵਰਕਿੰਗ ਸਿਟੀਜ਼ਨ ਜੋ ਨਹੀਂ ਉਹਨਾਂ ਨੂੰ ਟੈਕਲ ਕਰਨ ਲਈ ਇਨਫਲੇਸ਼ਨ ਦੇ ਨਾਲ ਜੋ ਐਕਸਟਰਾ ਪੈਸੇ ਦਿੱਤੇ ਜਾ ਰਹੇ ਨੇ ਜਿਨ੍ਹਾਂ ਦੀ ਉਮਰ 65 ਸਾਲ ਹੋ ਚੁੱਕੀ ਹੈ ਅਤੇ ਉਹ ਕੰਮ ਨਹੀਂ ਕਰ ਸਕਦੇ ਅਤੇ ਉਹਨਾਂ ਦਾ ਹੋਰ ਕੋਈ ਇਨਕਮ ਦਾ ਸੋਰਸ ਨਹੀਂ ਹੈ ਉਹਨਾਂ ਨੂੰ ਇਹ 올ਡ ਏਜ ਸਿਕਿਉਰਿਟੀ ਸਕੀਮ ਅਧੀਨ ਕੈਨੇਡੀਅਨ ਗਵਰਨਮੈਂਟ ਵੱਲੋਂ 956 ਕੈਨੇਡੀਅਨ ਡਾਲਰ ਪੈਨਸ਼ਨ ਦੇ ਨਾਲ ਦਿੱਤੇ ਜਾ ਰਹੇ ਨੇ ਪ੍ਰਤੀ ਮਹੀਨਾ ਵਾਸਤੇ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਆਫੀਸ਼ੀਅਲ ਅਥਾਰਟੀ ਨੇ ਉਹਨਾਂ ਨੇ ਹਲੇ ਤੱਕ ਕੋਈ ਵੀ ਨੋਟੀਫਿਕੇਸ਼ਨ ਇਸ ਅਧੀਨ ਰਿਲੀਜ਼ ਨਹੀਂ ਕੀਤਾ ਹੈ ਇਨਕਰੀਮੈਂਟ ਆਫ ਮਨਥਲੀ ਪੈਨਸ਼ਨ ਟੂ ਦਾ ਬੈਨੇਫਿਸ਼ੀਰੀ ਇਨ ਦਾ ਕੰਟਰੀ ਪਰ ਉਹ ਤੁਸੀਂ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ ਕੈਨੇਡੀਅਨ ਰੈਵਨਿਊ ਏਜੰਸੀ ਅਤੇ ਹੋਰ ਫਾਈਨੈਂਸ਼ੀਅਲ ਅਥਾਰਟੀ ਜੋ ਕਿ ਮਨਥਲੀ ਪੈਨਸ਼ਨ ਦੇ ਰਹੇ ਨੇ ਉਹਨਾਂ ਨੇ ਤੁਹਾਨੂੰ ਐਗਜੈਕਟ ਡੇਟਾ ਰੀਸੀਵਿੰਗ ਜੋ ਇਨਕਰੀਮੈਂਟ ਹੋਣ ਜਾ ਰਿਹਾ ਹੈ ਪੈਨਸ਼ਨ ਚ ਉਹ ਦੱਸ ਦੇਣਗੇ ਉਸ ਵੈਬਸਾਈਟ ਤੇ ਤਾਂ ਤੁਹਾਨੂੰ ਦੱਸ ਦਈਏ ਕਿ ਜਨਰਲ ਪੈਨਸ਼ਨ ਆਫ ਦਾ ਓਐਸ ਸਕੀਮ ਜੋ ਕਿ ਆ 26 ਅਪ੍ਰੈਲ 2024 ਨੂੰ ਰਿਲੀਜ਼ ਹੋਣ ਜਾ ਰਹੀ ਸੀ ਜੋ ਕਿ ਹਾਈ ਪੋਸਿਬਿਲਿਟੀਆਂ ਨੇ ਕਿ ਪ੍ਰੋਵਾਈਡ ਕਰਤੀਆਂ ਜਾਣੇ ਕਿ ਇਹ ਜੋ ਇਨਕਰੀਮੈਂਟ ਅਮਾਉਂਟ ਹੈ ਮੰਥਲੀ ਪੈਨਸ਼ਨ ਨਾਲ ਮਈ ਮਹੀਨੇ ਤੋਂ ਤਾਂ ਦੋਸਤੋ ਤੁਸੀਂ ਕੈਨੇਡਾ ਦੀ ਅਫੀਸ਼ੀਅਲ ਵੈਬਸਾਈਟ ਤੇ ਇਸ ਸੰਬੰਧੀ ਨੋਟੀਫਿਕੇਸ਼ਨ ਜਲਦੀ ਹੀ ਦੇਖ पाओगे ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਹੋਵੇਗੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫੋਰ ਵਾਚਿੰਗ ਮਾਈ ਚੈਨਲ ਥੈਂਕਸ ਫੋਰ ਸਕੀਨ ਟੂ 올 ਮਾਈ ਪੀਅਰਸ